ਸਤਿ ਸ਼੍ਰੀ ਅਕਾਲ ਜੀ ਦ ਟੂ ਨਾਰਥ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਅਰ ਸਿੱਧੂ ਐਂਡ ਦਿਸ ਫਿਟਨੈਸ ਸਪਾਂਸਰਡ ਬਾਈ ਸੀਡਬਲਯੂਸੀ ਇਮੀਗ੍ਰੇਸ਼ਨ ਇਨ ਐਕਿਨੌਕਸ ਲੌਜਿਸਟਿਕਸ ਸਤੰਬਰ ਵਿੱਚ ਕੈਨੇਡਾ ਦੀ ਮਹਿੰਗਾਈ ਦਰ ਘਟ ਕੇ 1.6% ਹੋਈ ਸਟੈਟਿਸ ਕਿਰਨਾ ਵੱਲੋਂ ਜਾਰੀ ਕੀਤੀ ਗਈ ਅੰਕੜਿਆਂ ਅਨੁਸਾਰ ਸਤੰਬਰ ਮਹੀਨੇ ਦੌਰਾਨ ਕੈਡਾ ਦੀ ਸਾਲਾਨਾ ਮਹਿੰਗਾਈ ਦਰ ਘਟ ਕੇ 1.6% ਕੀਤੀ ਗਈ ਹੈ ਬੈਂਕ ਆਫ ਕੈਨੇਡਾ ਦਾ 2% ਮਹਿੰਗਾਈ ਦਾ ਵਾਲਾ ਡੇਟਾ ਅਗਸਤ ਮਹੀਨੇ ਹੀ ਪ੍ਰਾਪਤ ਹੋ ਗਿਆ ਸੀ ਟਾਟਾ ਏਜੰਸੀ ਦੇ ਅਨੁਸਾਰ ਫਰਵਰੀ 2021 ਤੋਂ ਬਾਅਦ ਮਹਿੰਗਾਈ ਦਰ ਇਸ ਪੱਧਰ ਤੇ ਆਈ ਹੈ ਲਾਤਵੀਆ ਚੋ ਡਿਊਟੀ ਦੌਰਾਨ ਕਿਹਨ ਨੂੰ ਫੌਜੀਤੀ ਹੋਈ ਮਾਤਾ ਲਾਤਵੀ ਸਟ੍ਰੀਟ ਪੁਲਿਸ ਰਾਜਸਥਾਨੀ ਰੀਗਾ ਵਿੱਚ ਇੱਕ ਕਿਹਣੀ ਫੌਜੀ ਦੀ ਮੌਤ ਦੀ ਜਾਣਕਾਰੀ ਹੈ ਕੜੇਨਾ ਹਥਿਆਰਬੰਦ ਬਲਾ ਨੇ ਇੱਕ ਬਿਆਨ ਦੇ ਵਿੱਚ ਕਿਹਾ ਕਿ ਕੈਪਟਨ ਅਰੋਨ ਵਾਈਟਮੈਨ ਦੀ ਡਿਊਟੀ ਦੌਰਾਨ ਮੌਤ ਹੋ ਗਈ ਹੈ ਰੱਖਿਆ ਸਟਾਫ ਦੇ ਉਪ ਚੀਫ ਲੈਫਟ ਇੰਡੀਅਨ ਚੌਨ ਸਟੀਫਨ ਕੇਲਸੀ ਨੇ ਕਿਹਾ ਕਿ ਵਾਈਟਮੈਨ ਦੀ ਅੰਦਵਾਰ ਨੂੰ ਮੌਤ ਹੋਈ ਹੈ ਫੌਜਨੀ ਮੌਤ ਬਾਰੇ ਵਿਸਥਾਰੀ ਜਾਣਕਾਰੀ ਨਹੀਂ ਦਿੱਤੀ ਭਾਰਤ ਕਿਣਾ ਤਣਾ ਦਰਮਿਆਨ ਟ੍ਰੂਡੋ ਨੇ ਯੂਕੇ ਅਮਰਤਵਾ ਸਟਾਰਮ ਨਾਲ ਕੀਤੀ ਗੱਲਬਾਤ ਭਾਰਤ ਦੇ ਕਿਣਾ ਵਿਚਾਲੇ ਤਣਾ ਇੱਕ ਵਾਰ ਫਿਰ ਸਿਖਰ ਦੇ ਹੈ ਹਰਦੀਪ ਸਿੰਘ ਨਿਜ ਨੂੰ ਲੈ ਕੇ ਕਿਣਾ ਤੇ ਭਾਰਤ ਵਿਚਾਲੇ ਵੱਧੇ ਤਣਾ ਵਿਚਕਾਰ ਕਿਰਨ ਪ੍ਰਧਾਨ ਮੰਤਰੀ ਜਸਨ ਟ੍ਰੂਡੋ ਨੇ ਆਪਣੇ ਬ੍ਰਿਟਿਸ਼ ਅਮਰਤਵਾ ਕੀਰ ਸਟਾਰਮ ਨਾਲ ਗੱਲਬਾਤ ਕੀਤੀ ਹੈ ਕਿਰਨ ਪ੍ਰਧਾਨ ਮੰਤਰੀ ਦੇ ਦਸਤੋਂ ਦੁਆਰਾ 14 ਅਕਤੂਬਰ ਨੂੰ ਜਾਰੀ ਕੀਤੇ ਗਏ ਇੱਕ ਬਿਆਨ ਦੇ ਵਿੱਚ ਦੱਸਿਆ ਗਿਆ ਹੈ ਕਿ ਪ੍ਰਧਾਨ ਮੰਤਰੀ ਜਸਨ ਟ੍ਰੂਡੋ ਵਿ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਕਿਰਸ਼ੋ ਅਮਨ ਨੇ ਪਾਰ ਸਰਕਾਰ ਨਾਲ ਜੁੜੇ ਏਜੰਡਾ ਦੁਆਰਾ ਕੀੜੀ ਨਾਗਰੀਕਾ ਵਿਰੋਧ ਇੱਕ ਨਿਸ਼ਾਨਾ ਮੁਹਿੰਮ ਨਾਲ ਸੰਬੰਧਿਤ ਤਾਜ਼ਾ ਘਟਨਾਕ੍ਰਮ ਬਾਰੇ ਚਰਚਾ ਕੀਤੀ ਹੈ ਅਟਾਵਾ ਦੇ ਡਾਊਨਟਾਊਨ ਵਿੱਚ ਆਗਨਾਲ ਚਲਸੀ ਹੋਈ ਵਿਅਕਤੀ ਦੀ ਮੌਤ ਅਟਾਵਾ ਪੁਲਿਸ ਦਾ ਕਹਿਣਾ ਹੈ ਕਿ ਸਵੇਰੇ ਡਾਊਨਟਾਊਨ ਦੇ ਮੁੱਖੀ ਹਿੱਸੇ ਵਿੱਚ ਚਲਸੀ ਹੋਈ ਵਿਅਕਤੀ ਦੀ ਹਸਪਤਾਲ 'ਚ ਮੌਤ ਹੋ ਗਈ ਹੈ ਸਵੇਰੇ 6 ਵਜੇ ਤੋਂ ਬਾਅਦ ਇੱਕ ਆਗਨਾਲ ਚਲਸੀ ਹੋਈ ਵਿਅਕਤੀ ਦੀ ਸੂਚਨਾ ਮਿਲਣ ਤੇ ਓਕਾਨਾ ਸਟਰੀਟ ਕੋਲ ਕਵਿਨ ਸਟਰੀਟ ਦੇ ਸਾਬ ਲਾਕ ਵਿੱਚ ਅਧਿਕਾਰੀਆਂ ਨੂੰ ਬੁਲਾਇਆ ਜਾਣ ਤੋਂ ਬਾਅਦ ਹੋਮਿਸਾਈਡ ਯੂਨਿਟ ਜਾਂਚ ਕਰ ਰਹੀ ਹੈ ਪੁਲਿਸ ਨੇ ਸਵੇਰੇ ਇਸ ਨੂੰ ਗੰਭੀਰ ਹਮਲੇ ਦੀ ਜਾਂਚ ਦੱਸਦੇ ਹੋਏ ਕਿਹਾ ਕਿ ਘਟਨਾ ਦੇ ਆਸ-ਪਾਸ ਦੇ ਹਾਲਾਤਾਂ ਫਿਲਹਾਲ ਜਾਂਚ ਕੀਤੀ ਜਾ ਰਹੀ ਹੈ ਅਮਰੀਕੀ ਰੈਪਰ ਡੀਡੀ ਖਿਲਾਫ 6 ਲੋਕਾਂ ਨੇ ਜਿਨਸੀ ਸ਼ੋਸ਼ਣ ਦੇ ਕੇਸ ਕਰਵਾਏ ਦਰਜ ਡੀਡੀ ਦੇ ਨਾਂ ਨਾਲ ਜਾਣੇ ਜਾਂਦੇ ਅਮਰੀਕੀ ਰੈਪਰ ਸੀਨ ਕਾਮਬਸ ਦੇ ਖਿਲਾਫ ਔਰਤਾਂ ਮਰਦਾਂ ਦਾ ਜਿਨਸੀ ਸ਼ੋਸ਼ਣ ਕਰਨ ਤੇ 16 ਸਾਲਾ ਲੜਕੀ ਨਾਲ ਬਦਸਾਲੀ ਕਰਨ ਦੇ ਦੋਸ਼ਾਂ 'ਤੇ ਨਵੇਂ ਕੇਸ ਸਰਜ ਕੀਤੇ ਗਏ ਇਹ ਪਹਿਲੀ ਵਾਰ ਹੈ ਜਦੋਂ ਕਿਸੇ ਅਮਰੀਕੀ ਰੈਪਰ ਤੇ ਨਾਬਾਲਗ ਨਾਲ ਜਿਨਸੀ ਸ਼ੋਸ਼ਣ ਦਾ ਦੋਸ਼ ਲੱਗਿਆ ਮੈਨਜਨ ਦੀ ਸੰਗੀਤ ਆਲਪ ਵਿੱਚ ਕਾਮਬਸ ਖਿਲਾਫ ਕਟੋਕਟੇ ਮੁਕਦਮੇਦਾਰ ਕੀਤੇ ਗਿਆ ਹਾਲਾਂਕਿ ਉਸਨੇ ਸਾਰ ਮਕਦਮਿਆਂ ਤੋਂ ਇਨਕਾਰ ਕੀਤਾ ਟਾਂਟੋ ਦੇ ਆਪਰ ਵਿੱਚ ਦੇ ਇਲਾਕੇ ਵਿੱਚ ਸਕੂਲ バス ਦੀ ਟੱਕਰ ਨਾਲ ਨਾਚਵਾਨ ਲੜਕੀ ਦੀ ਹੁਈ ਮੌਤ ਹੈ ਪੁਲਿਸ ਨੇ ਦੱਸਿਆ ਹੈ ਕਿ ਪਿਛਲੇ ਬੁੱਧਵਾਰ ਨੂੰ ਟਾਂਟੋ ਦੇ ਆਪਰ ਪਿਛਲੇ ਇਲਾਕੇ ਵਿੱਚ ਸਕੂਲ バス ਦੀ ਟੱਕਰ ਨਾਲ 22 ਸਾਲਾ ਨਾਚਵਾਨ ਲੜਕੀ ਦੀ ਮੌਤ ਹੋਈ ਹੈ ਇਹ ਟੱਕਰ 9 ਅਕਤੂਬਰ ਨੂੰ ਸ਼ਾਮ ਕਰੀਬ 4 ਵਜੇ ਕਿੰਗਸਟਨ ਰੋਡ ਤੇ ਵਿਕਟੋਰੀਆ ਪਾਰਕ ਐਵੇਨਿਊ ਦੇ ਪੱਛੋਂ ਵਿੱਚ ਕਿੰਗਸਵੁੱਡ ਰੋਡ ਤੇ ਹੋਈ ਆ ਟਾਂਟੋ ਪੁਲਿਸ ਨੇ ਦੱਸਿਆ ਕਿ ਸਕੂਲ バス ਕਿੰਗਸਟਨ ਰੋਡ ਤੇ ਪੂਰਵ ਵੱਲ ਜਾ ਰਹੀ ਸੀ ਉਸ ਦੇ ਚਾਲਕ ਦੇ ਕਿੰਗਸਟਨ ਰੋਡ ਤੇ ਤੇ ਵਾਲ ਖੱਬੇ ਮੋੜਦੇ ਹੋਏ ਕ੍ਰਾਸ ਵਾਪ ਤੇ ਇੱਕ ਨਾਚੋਣ ਲੜਕੀ ਨੂੰ ਟੱਕਰ ਮਾਰੀ ਹੈ ਅਮਰੀਕੀ ਨਾਗਰਿਕ ਦੀ ਹੱਤਿਆ ਦੀ ਸਾਜ਼ਿਸ਼ ਦੇ ਦੋਸ਼ਾਂ ਨੂੰ ਗੰਭੀਰਤਾ ਨਾਲ ਲੈ ਰਿਹਾ ਭਾਰਤ ਅਮਰੀਕਾ ਨੇ ਕਿਹਾ ਕਿ ਭਾਰਤ ਦਾ ਕਹਿਣਾ ਹੈ ਕਿ ਉਹ ਹੀ ਕ ਅਮਰੀਕੀ ਨਾਗਰਿਕ ਦੀ ਹੱਤਿਆ ਦੀ ਸਾਜ਼ਿਸ਼ ਉੱਚ ਦੇ ਦੋਸ਼ਾਂ ਨੂੰ ਗੰਭੀਰਤਾ ਨਾਲ ਲੈ ਰਿਹਾ ਅਮਰੀਕਾ ਆਈ ਭਾਰਤੀ ਅਧਿਕਾਰੀਆਂ ਦੀ ਟੀਮ ਨੇ ਇਸ ਮਾਮਲੇ ਨੂੰ ਲੈ ਕੇ ਵਿਸ਼ੇ ਮੰਤਰਾਲੇ ਤੇ ਕਾਨੂੰਨ ਮੰਤਰਾਲੇ ਦੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਹੈ ਵਿਦੇਸ਼ ਵਿਭਾਗ ਦੀ ਬੁਲਾਰੀ ਮੈਥਿਊ ਮਿਲਰ ਨੇ ਆਪਣੀ ਰੋਜ਼ਾਨਾ ਪ੍ਰੈਸ ਕਾਨਫਰੰਸ 'ਚ ਕਿਹਾ ਕਿ ਉਨ੍ਹਾਂ ਕੋਲ ਅਜੇ ਮੀਟਿੰਗ ਬਾਰੇ ਵਿਸਥਾਰਪੂਰਵਕ ਜਾਣਕਾਰੀ ਨਹੀਂ ਹੈ ਸਕਾਰਬੋ ਜੋ ਛੁਰੇਵਾਜੀ ਦੀ ਘਟਨਾ ਵਿੱਚ ਇੱਕ ਵਿਅਕਤੀ ਗੰਭੀਰ ਜ਼ਖਮੀ ਸਕਾਰਬੋ ਵਿੱਚ ਸਵੇਰੇ ਛੁਰੇਵਾਜੀ ਦੀ ਘਟਨਾ ਵਿੱਚ ਇੱਕ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ ਇਹ ਘਟਨਾ ਐਗਲਿੰਚਨ ਆਤੇ ਮਿਡਲੈਂਡ ਐਵੇਨਿਊ ਕੋਲ ਸਵੇਰੇ ਕਰੀਬ 8 ਵਜੇ ਵਾਪਰੀਆ ਪੁਲਿਸ ਨੇ ਦੱਸਿਆ ਕਿ 60 ਸਾਲਾ ਇੱਕ ਵਿਅਕਤੀ ਸ਼੍ਰੀ ਬਾਜੀ ਦੇ ਜ਼ਖਮੀ ਹੱਥ ਵਿੱਚ ਲਾਕੇ ਚ ਮਿਲੇ ਤੇ ਉਸ ਨੂੰ 26 ਨਾਲ ਹਸਪਤਾਲ ਲੈ ਜਾਇਆ ਗਿਆ ਟਰੰਪ ਦਾ ਵੱਡਾ ਬਿਆਨ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਤੇ ਰਿਪਬਲਿਕਨ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਡੋਨਾਲਡ ਟਰੰਪ ਨੇ ਵੱਡਾ ਭਿਆਨ ਦਿੰਦੇ ਹੋਏ ਕਿਹਾ ਕਿ ਅਮਰੀਕਾ ਦੇ ਸਹਿਯੋਗੀਆਂ ਨੇ ਉਹਨਾਂ ਦੇ ਦੁਸ਼ਮਣਾਂ ਨਾਲ ਵੱਧ ਤੋਂ ਜ਼ਿਆਦਾ ਫਾਇਦਾ ਚੁੱਕਿਆ ਟਰੰਪ ਨੇ ਸ਼ਿਕਾਗੋ ਦੇ ਇਕਨੋਮਿਕ ਕਲੱਬ ਵਿੱਚ ਇੱਕ ਸਵਾਲ ਦੇ ਜਵਾਬ ਚ ਕਿ ਉਹਨਾਂ ਦੇ ਸਹਿਯੋਗੀਆਂ ਨੇ ਉਹਨਾਂ ਦੇ ਦੁਸ਼ਮਣਾਂ ਨਾਲ ਜ਼ਿਆਦਾ ਫਾਇਦਾ ਚੁੱਕਿਆ ਤੇ ਉਹਨਾਂ ਦਾ ਸਹਿਯੋਗੀ ਯੂਰਪੀਨਿਅਨ ਯੂਰਪੀ ਸੰਘ ਨਾਲ ਉਹਨਾਂ ਦਾ ਵਪਾਰ ਘਾਟਾ 30 ਕਰੋੜ ਡਾਲਰ ਹੈ आरसीएमपी कमिश्नर ਵੱਲੋਂ ਸਿਕਪਾਈ ਚਾਰੇ ਨੂੰ ਅੱਗੇ ਆਉਂਦੀ ਅਪੀਲ આરसीएमपी ਵੱਲੋਂ ਪਾਰਸਰ ਕਾਰ ਨੂੰ ਕਣਾ ਦੀ ਤਰਤੀ ਤੇ ਹਿੰਸਾ ਦੀਆਂ ਕਾਰਵਾਈਆਂ ਨਾਲ ਜੁੜਨ ਦੇ ਦੋਸ਼ਾਂ ਦੀ ਜਾਂਚ ਦੌਰਾਨ આરसीएमपी ਦੇ ਮੁਖੀ ਨੇ ਸਿਕਪਾਈ ਚਾਰੇ ਦੇ ਮੈਂਬਰਾਂ ਨਾਲ ਅੱਗੇ ਆ ਕੇ ਬੋਲਣ ਦੀ ਪੀਲ ਕੀਤੀ ਹੈ ਜਿਹੇਮ ਨੇ ਦੋਸ਼ ਲਾਇਆ ਕਿ ਕਣਾ ਵਿੱਚ ਉਸ ਦੇ ਲੋਕਾਂ ਤੇ ਕੈਨੇਡੀਅਨਸ ਵਿਰੋਧਤ ਹੁੰਦੀਆ ਕਤਲ ਜ਼ਬਰਨ ਵਸੂਲੀ ਤੇ ਧਮਕਾਉਣ ਦੀਆਂ ਕਾਰਵਾਈਆਂ ਨੇ ਤਾਂ ਕਣਾ ਵਿੱਚ ਭਾਰਤੀ ਡਿਪਲੋਮੈਟ ਅਤੇ ਕੌਂਸਲਰ ਅਧਿਕਾਰੀਆਂ ਨਾਲ ਜੁੜੇ ਆ ਬੰਬ ਦੀ ਧਮਕੀ ਕਰਕੇ 에어 ਇੰਡੀਆ ਦੇ ਜਹਾਜ਼ ਨੇ ਇਕਾਲੋਏ ਟਵਿਚ ਕੀਤੀ ਐਮਰਜੈਂਸੀ ਲੈਂਡਿੰਗ ਆਨਲਾਈਨ ਮਿਲੀ ਬੰਬ ਦੀ ਧਮਕੀ ਦੇ ਕਾਰਨ 에어 ਇੰਡੀਆ ਦੇ ਇੱਕ ਜਹਾਜ਼ ਨੂੰ ਸਵੇਰੇ ਇਕਾਲੋਏ ਵਿجے ਐਮਰਜੈਂਸੀ ਲੈਂਡਿੰਗ ਕਰਨੀ ਪਈਆ 에어 ਇੰਡੀਆ ਵੱਲੋਂ جاری ਇੱਕ ਲਿਖਦੇ ਅਨੁਸਾਰ ਫਲਾਈਟ ਨਵੀਂ ਦਿੱਲੀ ਤੋਂ ਸ਼ਿਕਾਗੋ ਜਾ ਰਹੀ ਸੀ ਪਰ ਇਤਿਹਾਸ ਵਿੱਚ ਉਹ ਜਹਾਜ਼ ਨੇ ਇਕਾਲੋਏ ਦੇ 에어ਪੋਰਟ ਤੇ ਐਮਰਜੈਂਸੀ ਲੈਂਡਿੰਗ ਕੀਤੀ ਹੈ ਭਾਰਤ ਅਮਰੀਕਾ ਨੇ 31 ਪ੍ਰੋਜੈਕਟਰ ਡਰੋਨਸ ਖਰੀਦਣ ਦਾ ਕੀਤਾ 32000 ਕਰੋੜ ਰੁਪਏ ਦਾ ਸਮਝੌਤਾ ਭਾਰਤ ਤੇ ਅਮਰੀਕਾ ਨੇ 31 ਪ੍ਰੋਜੈਕਟਰ ਡਰੋਨ ਖਰੀਦਣ ਅਤੇ ਦੇਸ਼ ਚੋਣਾਂ ਲਈ ਰੱਖ-ਰਖਾਅ ਮੁਰੰਮਤ ਤੇ ਸਾਰੀ ਸੇਵਾ ਦਾ ਸਪਿਤਕਰ ਲਈ 32000 ਕਰੋੜ ਰੁਪਏ ਦੇ ਸੌਦੇ ਤੇ ਸਾਕਿਤੀਆ ਰੱਖਿਆ ਅਧਿਕਾਰੀਆਂ ਦੇ ਅਨੁਸਾਰ ਭਾਰਤ ਤੇ ਅਮਰੀਕਾ ਵਿਚਾਲੇ ਸਮਝੌਤੇ ਤੇ ਸੀਨੀਅਰ ਅਧਿਕਾਰੀਆਂ ਦੀ ਮੌਜੂਦਗੀ ਚ ਸਾਈਨ ਕੀਤੇ ਗਏ ਹੈ ਨਿੱਜਰ ਮਾਮਲੇ ਤੋਂ ਭਾਰਤ ਕੈਣਾ ਦੇ ਰਿਸ਼ਤਿਆਂ ਵਿੱਚ ਮੁੜ ਤਣਾ ਭਾਰਤ ਨੇ ਕੈਣਾ ਵਿੱਚਲੇ ਆਪਣੇ ਡਿਪਲੋਮੈਟਾਂ ਨੂੰ ਹਰਦੀਪ ਸਿੰਘ ਨਿੱਜਰ ਦੀ ਹਤਿਆ ਦੀ ਜਾਂਚ ਨਾਲ ਜੋੜਨ ਦੀਆਂ ਕੋਸ਼ਿਸ਼ਾਂ ਕਾਰਨ ਦੋਵਾਂ ਦੇਸ਼ਾਂ ਦੇ ਸਬੰਧ ਹੋਰ ਵਿਗੜ ਗਏ ਐ ਇਸ ਕਾਰਨ ਭਾਰਤ ਨੇ ਆਪਣੇ ਹਾਈ ਕਮਿਸ਼ਨਰ ਤੇ ਨਿਸ਼ਾਨੇ ਉੱਤੇ ਆਏ ਹੋਰਨਾਂ ਡਿਪਲੋਮੈਟਾਂ ਕੈਣਾ ਤੋਂ ਵਾਪਸ ਬੁਲਾਉਣ ਦਾ ਫੈਸਲਾ ਕੀਤਾ ਹੈ ਭਾਰਤ ਕੈਣਾ ਦੇ 6 ਡਿਪਲੋਮੈਟਾਂ ਨੂੰ 1 ਨਵੰਬਰ ਤੋਂ ਪਹਿਲਾਂ ਰਾਤ 12 ਵਜੇ ਤੱਕ ਦੇ ਛੱਡਣ ਲਈ ਕਿਹਾ ਹੈ ਸਤੰਬਰ ਵਿੱਚ ਕਣਾਂ ਦੀ ਮਹਿੰਗਾਈ ਦਰ ਘਟ ਕੇ 1.6% ਹੋਈ ਸਟਾਟਿਸ ਕਣਾਂ ਅਨੁਸਾਰ ਜਾਰੀ ਕੀਤੇ ਗਏ ਅੰਕੜਿਆਂ ਦੇ ਅਨੁਸਾਰ ਸਤੰਬਰ ਮਹੀਨੇ ਦੌਰਾਨ ਕਣਾਂ ਦੀ ਸਾਲਾਨਾ ਮਹਿੰਗਾਈ ਦਰ ਘਟ ਕੇ 1.6 ਦਰਜ ਕੀਤੀ ਗਈ ਹੈ ਬੈਂਕ ਆਫ ਕਣਾਂ ਦਾ 2% ਮਹਿੰਗਾਈ ਦਰ ਵਾਲਾ ਟਾਰਗੇਟ 10 ਮਹੀਨੇ ਹੀ ਪ੍ਰਾਪਤ ਹੋ ਗਿਆ ਸੀ ਟਾਟਾ ਜੌਂਸਲੀ ਦੇ ਅਨੁਸਾਰ ਫਰਵੀ 2021 ਤੋਂ ਬਾਅਦ ਮਹਿੰਗਾਈ ਦਰ ਇਸ ਪੱਧਰ ਤ्याਗੀ ਹੈ ਭਾਰਤ ਨਿਜਰ ਮਾਮਲੇ ਦੀ ਜਾਂਚ ਲਈ ਕੈਨੇਡਾ ਦਾ ਸਹਿਯੋਗ ਨਹੀਂ ਕਰ ਰਿਹਾ ਅਮਰੀਕਾ ਨੇ ਦੋਸ਼ ਲਾਇਆ ਕਿ ਭਾਰਤ ਪਿਛਲੇ ਸਾਲ ਇੱਕ ਸਿੱਖ ਦੀ ਹੱਤਿਆ ਦੇ ਮਾਮਲੇ ਵਿੱਚ ਜਾਂਚ 'ਚ ਸਹਿਯੋਗ ਨਹੀਂ ਕਰ ਰਿਹਾ ਅਮਰੀਕਾ ਵਿਸ਼ੇ ਮੰਤralay ਤੇ ਬੁਲਾ ਰਹੀ ਮੈਥਿਊ ਵਿਲਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿ ਆ ਕੀ ਕੈਨੇਡਾ ਮਾਮਲੇ ਦੀ ਗੱਲ ਕਰੀਏ ਤਾਂ ਸਪਸ਼ਟ ਕਰ ਦਿੱਤਾ ਗਿਆ ਹੈ ਕਿ ਮਾਮਲਾ ਬਹੁਤ ਗੰਭੀਰ ਹੈ ਤੇ ਚਾਹੁੰਦੇ ਕਿ ਭਾਰਤ ਸਰਕਾਰ ਕੈਨੇਡਾ ਨਾਲ ਜਾਂਚ 'ਚ ਸਹਿਯੋਗ ਕਰੇ ਸੈਕਸ ਆਫ ਅਮਰੀਕਾ ਨੇ ਤੂਫਾਨ ਤੇ ਹੜ੍ਹ ਪ੍ਰਭਾਵਿਤ ਖੇਤਰਾਂ ਚੋਂ ਅਸੀਂ ਲੋਕਾਂ ਦੀ ਕੀਤੀ ਮਦਦ ਸੈਕਸ ਆਫ ਅਮਰੀਕਾ ਦੇ ਚੇਅਰਮੈਨ ਜਸਦੀਪ ਸਿੰਘ ਜੋਸੀ ਦੀ ਗਵਾਹੀ ਵਿੱਚ ਸੈਕਸ ਆਫ ਅਮਰੀਕਾ ਵੱਲੋਂ ਫਲੋਰੀਡਾ ਰਾਜ ਦੇ ਲੇਕਲੈਂਡ ਤੇ ਟੈਂਪਾ ਨਾ ਦੇ ਸ਼ਹਿਰਾਂ ਵਿੱਚ ਤੂਫਾਨ ਹਰੀਕੇਨ ਮਿਰਚੋਂ ਦੇ ਚੰਬੇ ਤੇ ਹੜ੍ਹ ਚ ਫਸੇ ਲੋਕਾਂ ਦੀ ਮਦਦ ਲਈ ਇੱਕ ਵੱਡਾ ਉਪਰਾਲਾ ਕੀਤਾ ਗਿਆ ਚੇਅਰਮੈਨ ਜਸਦੀਪ ਨੇ ਦੱਸਿਆ ਕਿ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਸੈਕਸ ਆਫ ਅਮਰੀਕਾ ਦੀ ਟੀਮ ਵੱਲੋਂ ਰਾਹਤ ਸਮਗਰੀ ਦਾ ਟਰੱਕ ਲੇਕਲੈਂਡ ਤੇ ਟੈਂਪਾ ਸ਼ਹਿਰਾਂ ਚ ਭੇਜਿਆ ਗਿਆ ਕੈਨਿਨ ਪਰ ਦਰਮੰਤਰੀ ਜਸਵੀਨ チュਡੋ ਨੇ ਕਿਹਾ ਕਿ ਪਿਛਲੇ ਸਾਲ ਇੱਕ ਕੈਨਿਨ ਨਾਗਰਿਕ ਦੇ ਕਤਲ ਵਿੱਚ ਭਾਰਤੀ ਅਧਿਕਾਰੀਆਂ ਦੀ ਸ਼ਮੂਲੀਅਤ ਦੇ ਦੋਸ਼ਾਂ 'ਸਬੰਧਿਤ ਉਹਨਾਂ ਕੋਲ ਜੋ ਵੀ ਜਾਣਕਾਰੀ ਸੀ ਉਹਨਾਂ ਨੇ ਖਾਸ ਤੌਰ ਤੇ ਅਮਰੀਕਾ ਸਮੇਤ ਆਪਣੀ ਕਰੀਬੀ ਸਹਿਯੋਗੀ ਨਾਲ ਸਾਂਝੀ ਕੀਤੀ ਹੈ チュਡੋ ਵੱਲੋਂ ਜਲਦਬਾਜ਼ੀ ਵਿੱਚ ਆਯੋਜੀ ਤੈਸ ਪ੍ਰੈਸ ਕਾਨਫਰੰਸ ਅਜੇ ਹੀ ਸਮੇਂ ਵਿੱਚ ਆਈ ਹੈ ਜਦੋਂ ਭਾਰਤ ਨੇ 6 ਕੈਨਿਨ ਡਿਪਲੋਮੇਟਾਂ ਨੂੰ ਕਾਰ ਦੇ ਤਹਿਤ ਕਿਹਾ ਤੋਂ ਆਪਣੀ ਹਾਈ ਕਮਿਸ਼ਨਰ ਅਤੇ ਨਿਸ਼ਾਨਾ ਬਣਾਏ ਜਾ ਰਹੇ ਹੋ ਡਿਪਲੋਮੇਟਾਂ ਤੇ ਅਧਿਕਾਰੀਆਂ ਨੂੰ ਵਾਪਸ ਸਦਨ ਦਾ ਐਲਾਨ ਕੀਤਾ ਹੈ ਐਨਡੀਪੀ ਆਗੂ ਜਗਮੀਤ ਸਿੰਘ ਨੇ ਭਾਰਤ ਖਿਲਾਫ ਪਾਬੰਦੀਆਂ ਲਗਾਉਣ ਦੀ ਕੀਤੀ ਮੰਗ ਹਰਦੀਪ ਸਿੰਘ ਨੀਜਰ ਦੇ ਕਤਲ ਮਾਮਲੇ ਨੂੰ ਲੈ ਕੇ ਭਾਰਤ ਤੇ ਕਿੜਾ ਦੇ ਰਿਸ਼ਤੇ ਵਿੱਚ ਤਣਾਅ ਵਧਦਾ ਜਾ ਰਿਹਾ ਹੈ ਇਸ ਦੌਰਾਨ ਕਿਨਾਂ ਦੇ ਪ੍ਰਧਾਨ ਮੰਤਰੀ ਟੂਡੋ ਦੀ ਸਾਬਕਾ ਗਾਠੇ ਜੋੜ ਪਾਈ ਵਾਲ ਨਿਊ ਡੈਮੋਕ੍ਰੈਟਿਕ ਪਾਰਟੀ ਆਗੂ ਜਗਮੀਤ ਸਿੰਘ ਨੇ ਵੀ ਆਪਣੀ ਪ੍ਰਤੀਕਿਰਿਆ ਦੇਣੀ ਸ਼ੁਰੂ ਕਾ ਦਿੱਤੀ ਆ ਉਹਨਾਂ ਦਾਵਾ ਕੀਤਾ ਹੈ ਕਿ ਕਿੜੀਨ ਸਿਕ ਡਰੇ ਹੋਈ ਆ ਤੇ ਚਿੰਤਤ ਹੈ ਸੰਸਦ ਮੈਂਬਰ ਨੇ ਕਿੜਾ ਸਰਕਾਰ ਤੋਂ ਇਸ ਮਾਮਲੇ 'ਚ ਕਾਰਵਾਈ ਕਰਨ ਦੀ ਅਪੀਲ ਕੀਤੀ ਆ ਉਨ੍ਹਾਂ ਨੇ ਭਾਰਤ ਵਿਰੋਧ ਕੂਟਨੀਤਿਕ پابੰਦੀਆਂ ਲਗਾਉਣ ਦੀ ਵੀ ਮੰਗ ਕੀਤੀ ਹੈ ਕਿਨਾ ਚੋ ਭਾਰਤ ਵਿਰੋਧੀ ਅੰਸਰਾਂ ਬਾਰੇ ਭਾਰਤੀ ਕਮਿਊਨਿਸਟ ਪਾਰਟੀ ਦੀ ਆਰੇ ਸਰਕਾਰ ਨੂੰ ਅਪੀਲ ਭਾਰਤੀ ਕਮਿਨਿਸਟ ਪਾਰਟੀ ਮਾਕਸਵਾਦੀ ਨੇ ਕਹਿਣਾ ਵਿੱਚ ਸਰਗਰਮ ਭਾਰਤੀ ਵਿਰੋਧੀ ਅੰਸਰਾਂ ਤੇ ਚਿੰਤਾ ਪ੍ਰਗਟਾਈਆਂ ਨਾ ਕਿ ਹੈ ਕਿ ਕੇਂਦਰ ਸਰਕਾਰ ਆਸ਼ਰੀ ਹਿੱਤਾਂ ਨਹੀਂ ਰੱਖਿਆ ਲਈ پابੰਦ ਹੈ ਸੀਪੀਆਈਐਮ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਗਵਾਈ ਵਾਲੀ ਸਰਕਾਰ ਨੂੰ ਵਿਰੋਧੀ ਪਾਰਟੀਆਂ ਨੂੰ ਭਰੋਸੇ ਵਿੱਚ ਲੈਣ ਦੀ ਅਪੀਲ ਕੀਤੀ ਹੈ ਪਾਰਟੀ ਵੱਲੋਂ ਇੱਕ ਬਿਆਨ ਚੁਕਾਇਆ ਗਿਆ ਕਿ ਕਿਰਨਾਂ ਵਿੱਚ ਚੱਲ ਰਹੀ ਭਾਰਤੀ ਵਿਰੋਧੀ ਅੰਸਰਾਂ ਦੀਆਂ ਗਤੀਵਿਧੀਆਂ ਗੰਭੀਰ ਚਿੰਤਾ ਦਾ ਆਵਿਸ਼ਾਰ ਰਹੀਆਂ ਹੈ ਮੈਡੀਕਲ ਰਿਕਾਰਡ ਜਾਰੀ ਅਮਰੀਕਾ ਰਾਸ਼ਟਰਪਤੀ ਬਣਨ ਲਈ ਫਿੱਟ ਕਮਲਾ ਹੈਰਿਸ ਜਿਵੇਂ ਜਿਵੇਂ 2024 ਦੀਆਂ ਰਾਸ਼ਟਰਪਤੀ ਚੋਣਾਂ ਨੇੜੇ ਆ ਰਹੀਆਂ ਹਨ ਨਾਲ ਟਰੰਪ ਤੇ ਕਮਲਾ ਹੈਰਿਸ ਵਿਚਾਲੇ ਸਖਤ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਚੋਣਾਂ ਤੋਂ 23 ਦਿਨ ਪਹਿਲਾਂ ਡੈਮੋਕ੍ਰੈਟਿਕ ਪਾਰਟੀ ਦੀ ਉਮੀਦਵਾਰ ਕਮਲਾ ਹੈਰਿਸ ਨੇ ਆਪਣਾ ਮੈਡੀਕਲ ਰਿਕਾਰਡ ਜਾਰੀ ਕੀਤਾ ਹੈ ਇਹਦੇ ਵਿੱਚ ਉਹਨਾਂ ਨੂੰ ਪੂਰੀ ਤਰ੍ਹਾਂ ਫਿੱਟ ਕਰਾ ਦਿੱਤਾ ਗਿਆ ਹੈ ਭਾਰਤ ਕੈਨੇਡਾ ਦੇ ਦਾਅਵੇ ਨੂੰ ਕਰ ਚੁੱਕਿਆ ਖਾਰ ਜਸੀ ਐਮਪੀ ਨੇ ਕਿਹਾ ਹੈ ਕਿ ਉਹਨਾਂ ਨੂੰ ਕੈਨੇਡਾ 'ਚ ਵਾਪਰਨ ਵਾਲੀਆਂ ਗੰਭੀਰ ਅਪਰਾਧਿਕ ਗਤੀਵਿਧੀਆਂ ਦੇ ਭਾਰਤ ਸਰਕਾਰ ਦੇ ਏਜੰਟਾਂ ਨਾਲ ਸੰਬੰਧ ਬਾਬਤ ਸਬੂਤ ਮਿਲਿਆ ਇਸ ਸੰਬੰਧੀ ਅਧਿਕਾਰੀਆਂ ਵੱਲੋਂ ਇੱਕ ਪ੍ਰੈਸਵਾਟਾ ਕੀਤੀ ਗਈ ਆ ਆਰਸੀਐਮਪੀ ਕਮਿਸ਼ਨਰ ਮਾਈਕ ਡੋਹੇਮ ਨੇ ਉਟਾਵਾ ਵਿੱਚ ਪੱਤਰਕਾਰਾਂ ਨੂੰ ਦੱਸਿਆ ਕਿ ਜਾਂਚ ਤੋਂ ਉਹਨਾਂ ਨੂੰ ਭਾਰਤ ਸਰਕਾਰ ਦੇ ਏਜੰਟਾਂ ਦੀ ਕੈਣਾ ਵਿੱਚ ਲੀਆਂ ਹਤਿਆਵਾਂ ਤੇ ਹਿੰਸਾ ਕਾਰਵਾਈਆਂ ਨਾਲ ਲਿੰਕ ਕਿਣਾ ਜੋ ਸਾਊਥ ਏਸ਼ੀਅਨ ਪਾਈਚਾਰ ਨੂੰ ਨਿਸ਼ਾਨਾ ਬਣਾਉਣ ਵਾਲੇ ਆਸੁਰਖਿਤ ਮੁਹਾਲ ਦੀ ਤਾਰਨਾ ਬਣਾਉਣ ਲਈ ਸੰਗਠਿਤ ਅਪਰਾਧਿਕ ਵਰਤੋਂ ਦਾ ਲੋਕਤੰਤਰੀ ਪ੍ਰਕਿਰਿਆ ਵਿੱਚ ਦਖਲਅੰਦਾਜ਼ੀ ਕਰਨ ਬਾਰੇ ਸਬੂਤ ਮਿਲੇ ਆ ਅਮਰੀਕਾ ਵਿੱਚ ਇੱਕ ਵਿਦਿਆਰਥੀ ਦੇ ਖਤਮ ਮਾਮਲੇ 'ਚ ਦੋਸ਼ੀ ਨੂੰ 60 ਸਾਲ ਦੀ ਸਜ਼ਾ ਅਮਰੀਕਾ ਦੇ ਸੂਬੇ ਇੰਡੀਆਨਾ ਵਿੱਚੋਂ ਤੇਲਗੂ ਮੂਲ ਦੇ ਇੱਕ ਵਿਦਿਆਰਥੀ ਵਰुण ਰਾਜਪੂਜਾ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਵਰੁਣ ਇੱਕ ਗ੍ਰੈਜੂਏਟ ਵਿਦਿਆਰਥੀ ਸੀ ਇਸ ਮਾਮਲੇ ਵਿੱਚ ਇੰਡੀਆਨਾ ਦੀ ਅਦਾਲਤ ਨੇ ਕਾਤਲ ਜਾਰਡਨ ਐਂਟਰੀ ਨੂੰ 60 ਸਾਲ ਦੀ ਸਜ਼ਾ ਸੁਣਾਈ ਹੈ ਸਜ਼ਾ ਪੋਰਟਰ ਸੁਪੀਰੀਅਰ ਕੋਰਟ ਦੇ ਜੱਜ ਜੈਫਰੀ ਕਲਾਈਮਰ ਦੁਆਰਾ ਦੁਪਹਿਰ ਨੂੰ ਸੁਣਾਈ ਗਈ ਹੈ एलन मस्क ਨੂੰ ਝਟਕਾ 15 ਬਿਲੀਅਨ ਡਾਲਰ ਕੱਟੀ ਕੋਲ ਸੰਪਤੀ ਐਲਨ ਮਸਕ ਟੈਸਲਾ ਦੇ 13% ਸ਼ੇਰਾਂ ਦੇ ਮਾਲਕ ਹੈ ਟੈਸਲਾ ਦੇ ਸ਼ੇਅਰ ਹੁਣ 238 ਡਾਲਰ ਤੋਂ 217 ਡਾਲਰ ਤੱਕ ਡਿੱਗੇ ਹੈ ਟੈਸਲਾ ਦੇ ਰੋਬੋਟੈਕਸਿਸ ਪ੍ਰੋਗਰਾਮ ਵਿੱਚ ਸੈਲਫ ਡਰਾਈਵਿੰਗ ਟੈਕਸੀਆਂ ਨੂੰ ਪੇਸ਼ ਕੀਤਾ ਗਿਆ ਸੀ ਹਾਲਾਂਕਿ ਇਸ ਟੈਕਸੀ ਬਾਰੇ ਕੋਈ ਖਾਸ ਜਾਣਕਾਰੀ ਨਹੀਂ ਦਿੱਤੀ ਗਈ ਸੀ ਨਿਵੇਸ਼ਕ ਤੇ வால் ਸਟਰੀਟ ਦੇ ਵਿਸ਼ਲੇਸ਼ਕ ਇਸ ਤੋਂ ਖਾਸ ਪ੍ਰਭਾਵਿਤ ਨਹੀਂ ਹੋਏ ਤੇ ਕੰਪਨੀ ਦੇ ਸ਼ੇਅਰ ਵੱਡੇ ਪੱਧਰ ਤੇ ਡਿੱਗੇ ਹੈ ਪਰਧਾਨ ਮੰਤਰੀ ਜਸਟਿਨ ਟੂਡੋ ਨੇ ਕਹਿ ਕਿ ਕੈਨੇਡਾ ਨੇ ਪਿਛਲੇ ਸਾਲ ਇੱਕ ਕੈਨੇਡੀਅਨ ਨਾਗਰਿਕ ਦੀ ਹਤਿਆਚ ਭਾਰਤੀ ਅਧਿਕਾਰੀਆਂ ਦੀ ਸ਼ਮੂਲੀਅਤ ਦੇ ਦੋਸ਼ਾਂ ਨਾਲ ਸੰਬੰਧਿਤ ਸਾਰੀ ਜਾਣਕਾਰੀ ਆਪਣੇ 5 Ws ਪਾਈ ਵਾਲਾ ਖਾਸ ਕਰਕੇ ਅਮਰੀਕਾ ਨਾਲ ਸਾਂਝੀ ਕੀਤੀ ਹੈ ਟੂਡੋ ਦੀ ਜਲਦਬਾਜ਼ੀ ਚ ਬੁਲਾਈ ਗਈ ਪ੍ਰੈਸ ਕਾਨਫਰੰਸ ਹੋ ਜੇ ਸਮਝ ਹੋਈ ਹੈ ਜਦੋਂ ਭਾਰਤ ਨੇ 6 ਕੈਨੇਡੀਅਨ ਡਿਪਲੋਮੈਟਾਂ ਨੂੰ ਕਾਰ ਦਿੱਤਾ ਤੇ ਕੜਾ ਤੋਂ ਆਪਣੇ ਹਾਈ ਕਮਿਸ਼ਨਰ ਤੇ ਹੋਰ ਅਧਿਕਾਰੀਆਂ ਨੂੰ ਵਾਪਸ ਬੁਲਾਉਂਦਾ ਐਲਾਨ ਕੀਤਾ ਹੈ ਕਣਾਹਣਾ ਅਧਿਕਾਰ ਤਾਰ ਤੇ ਪਾਕਿਸਤਾਨ ਤੋਂ ਬਾਅਦ ਦੂਜਾ ਦੇਸ਼ ਬਣ ਗਿਆ ਜੋ ਭਾਰਤ ਵਿਰੋਧੀ ਸਰਗਰਮੀਆਂ ਨੂੰ ਅੰਜਾਮ ਦੇ ਲਈ ਲੋੜੀਂਦੀ ਟੈਰੇਸ ਨੂੰ ਪਨਾ ਦਿੰਦਾ ਹੈ ਹਰਦੀਪ ਨੇਜਰ ਦੀ ਹਤਿਆ ਤੋਂ ਬਾਅਦ ਪੈਦਾ ਹੋਏ ਵਿਵਾਦ ਨੇ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ 'ਚ ਇੰਨੀ ਗੜਤਨ ਪੈਦਾ ਕਰ ਦਿੱਤੀ ਹੈ ਕਿ ਜਸਟਿਨ ਟਰੂਡੋ ਸਰਕਾਰ ਦੇ ਕਾਰਜਕਾਲ ਦੌਰਾਨ ਤਣਾਅਪੂਰਨ ਸਬੰਧਾਂ 'ਚ ਸੁਧਾਰ ਦੀ ਉਮੀਦ ਘੱਟ ਰਹੀ ਹੈ ਇਸ ਮਾਮਲੇ ਨਾਲ ਜੁੜੇ ਮਹਾਰਾ ਦਾ ਕਹਿਣਾ ਹੈ ਕਿ ਜੇਕਰ ਕਿਨਾਹਣਾ ਅਕਤੂਬਰ 2025 'ਚ ਹੋਣ ਵਾਲੀਆਂ ਆਮ ਚੋਣਾਂ 'ਚ ਟਰੂਡੋ ਸਰਕਾਰ ਨੂੰ ਸੱਤਾ ਤੋਂ ਲਾਂਬੇ ਕਰ ਦਿੱਤਾ ਜਾਂਦਾ ਤਾਂ ਹੀ ਦੋਵਾਂ ਦੇਸ਼ਾਂ ਵਿਚਾਲੇ ਚੰਗੇ ਸਬੰਧ ਸ਼ੁਰੂ ਹੋ ਸਕਦੇ ਐ ਕ੍ਰੰਪ ਦੀ ਰੀਪਬਲਿਕਨ ਪਾਰਟੀ ਦੇ ਭਾਰਤੀ ਤੇਲਗੂ ਸਮਰਥਕਾਂ ਨੇ ਲਗਾਏ ਤੇਲਗੂ ਪੋਸਟਰ ਅਮਰੀਕੀ ਚੋਣਾ ਜਿਵੇਂ ਜਿਵੇਂ ਨੇੜੇ ਆ ਰਹੀਆਂ ਚੋਣ ਪ੍ਰਚਾਰ ਜੋਰਾਂ ਸ਼ੋਰਾਂ ਨਾਲ ਭਖਦਾ ਰਿਹਾ ਐ ਇਸ ਅੰਦਰ ਵਿੱਚੋਂ ਭਾਰਤੀ ਤੇਲਗੂ ਮੂਲ ਦੇ ਲੋਕਾਂ ਵੱਲੋਂ ਤੇਲਗੂ ਬੈਨਰਾਂ ਨੂੰ ਅਮਰੀਕੀ ਰਾਸ਼ਟਰਪਤੀ ਚੋਣ ਮੈਂ ਦੇ ਹਿੱਸੇ ਵਜੂ ਦੇਖਿਆ ਜਾ ਰਿਹਾ ਹੈ ਅਮਰੀਕਾ ਵਿੱਚ ਭਾਰਤੀ ਜ਼ਿਆਦਾ ਇਸ ਦੇ ਨਾਲ ਹੀ ਤੇਲਗੂ ਮੂਲ ਦੇ ਲੋਕ ਵੀ ਗਿਣਤੀ ਵਿੱਚ ਜ਼ਿਆਦਾ ਹੈ ਨਾਈਜੀਰੀਆ ਚੋ ਸੜਕ ਹਾਦਸੇ ਵਿੱਚ 6 ਲੋਕਾਂ ਦੀ ਹਮਤ ਨਾਈਜੀਰੀਆ ਦੇ ਦੱਖਣ ਪੱਛਮੀ ਰਾਜ ਯੋਯੋ ਵਿੱਚ ਇੱਕ ਵਾਹਾਂ ਦੀ ਟੱਕਰ ਮਗਰੋਂ ਕੁੱਟਕੁੱਟ 6 ਲੋਕਾਂ ਦੀ ਮਾਤ ਹੋ ਚੁੱਕੇ ਤੇ 5 ਜਣੇ ਜ਼ਖਮੀ ਦਿੱਸੇ ਜਾ ਰਿਹਾ ਹੈ ਯੋ ਵਿੱਚ ਫੈਡਰਲ ਰੋਡ ਸੇਫਟੀ ਕੋਰ ਦੇ ਬੁਲਾਰੇ ਮਿਯੋਵਾ ਉਦੇਵੋ ਨੇ ਮੌਕੇ ਸ਼ਾਹਰ ਇਬਦਾਨ ਵਿੱਚ ਪੱਤਰਕਾਰਾਂ ਨੂੰ ਦੱਸਿਆ ਕਿ ਰਾਜ ਦੇ ਅਮਲੋਕੋ ਖੇਤਰ ਵਿੱਚ ਦੋ ਹੈਵੀ ਡਿਊਟੀ ਟਰੱਕਾਂ ਦੋ ਟਰਾਈਸਾਈਕਲਾਂ ਤੇ ਇੱਕ ਮਿਨੀ ਬੱਸ ਵਿਚਕਾਰ ਟੱਕਰ ਹੋ ਗਈ ਜਿਸ ਦੇ ਕਾਰਨ ਆਵਾਜਾਈ ਪ੍ਰਭਾਵਿਤ ਹੋਈ ਹੈ ਭਾਰਤੀ ਕੈਨਾ ਵਿਚਾਲੇ ਵਾਧੇ ਤਣਾਦਰਮਿਆਣ ਕੈਨਨ ਪੱਤਰਕਾਰ ਡੇਨੀਅਲ ਬੋਰਡਮੈਨ ਨੇ ਪਰ ਪ੍ਰਧਾਨ ਮੰਤਰੀ ਜਸਟਿਨ ਟੋਰੋ ਤੇ ਨਿਸ਼ਾਨਾ ਸਾਧਦੀ ਹੋਈ ਉਹਨਾਂ ਦੀ ਪ੍ਰੋਸੇਯੋਗਤਾ ਤੇ ਲੀਡਰਸ਼ਿਪ ਤੇ ਸਵਾਲ ਖੜੇ ਕੀਤੇ ਆ ਬੋਰਡ ਬੈਂ ਨੇ ਪਾਰ ਸਰਕਾਰ ਤੇ ਹਾਈ ਕਮਿਸ਼ਨਰ ਅਤੇ ਹੋਰ ਡਿਪਲੋਮੈਟਾਂ ਨੂੰ ਵਾਪਸ ਬਲਾਦ ਨੇ ਫੈਸਲੇ ਨੂੰ ਦੋਵਾਂ ਦੇਸ਼ਾਂ ਦਰਮਿਆਨ ਡੂੰਘੇ મતਭੇਦਾਂ ਦਾ ਸਪਸ਼ਟ ਸੰਕੇਤ ਦਸਿਆ ਭਾਰਤੀ ਹਾਈ ਕਮਿਸ਼ਨਰ ਤੋਂ ਪਛਪੜਤਾ ਦੀ ਕੈਨਾ ਦੀ ਅਪੀਲ ਰੱਦ ਭਾਰਤ ਤੇ ਕੈਨੇਡਾ ਦੇ ਰਿਸ਼ਤੇ ਦਿਨੋ ਦਿਨ ਵਿਗੜਦੇ ਜਾ ਰਹੇ ਆ ਭਾਰਤੀ ਵਿਦੇਸ਼ ਮੰਤਰਾਲੇ ਨੇ ਕੈਨੇਡਾ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਸੰਜੀਵ ਵਰਮਾ ਤੇ ਹੋਰ ਕੂਟਨੀਤਿਕਾਂ ਤੋਂ ਪੁੱਛ ਪੜਤਾਲ ਕਰਨ ਬਾਰੇ ਟੁੰਡੋ ਸਰਕਾਰ ਦੀ ਬੇਨਤੀ ਖਾਜਕਾ ਦਿੱਤੀ ਹੈ ਮੰਤਰਾਲੇ ਨੇ ਕਿਹਾ ਕਿ ਕੈਨੇਡਾ ਸਰਕਾਰ ਵੱਲੋਂ ਲਾਇਆ ਦੋਸ਼ ਨਿਰਾਧਾਰ ਹੈ ਕਿ ਨਾ ਦੀ ਕਾਰਵਾਈ ਪ੍ਰਧਾਨ ਮੰਤਰੀ ਜਸਟਿਨ ਟੁੰਡੋ ਦੀ ਬੋਰਡ ਬੈਂਕ ਸਿਆਸਤ ਦਾ ਹਿੱਸਾ ਹੈ ਚਾਈਨਾ ਨਾਮੀ ਯੋਜਨਾ ਤਹਿਤ ਬਣਾਏਗਾ ਚੰਦ ਸਪੇਸ ਸਟੇਸ਼ਨ ਚੀਨ ਦੇ ਅਗਲੇ ਕੁਝ ਦਹਾਕਿਆਂ ਦੌਰਾਨ ਆਪਣੇ ਪਲਾਣ ਪ੍ਰੋਗਰਾਮ ਦਾ ਵਿਸਥਾਰ ਕਰੇ ਚੰਦ ਸਪੇਸ ਸਟੇਸ਼ਨ ਬਣਾਉਣ ਦੇ ertid ਤੋਂ ਬਾਹਰ ਰਹਿਣ ਯੋਗ ਗ੍ਰਹਿਾਂ ਦੀ ਖੋਜ ਕਰਨ ਦੀ ਯੋਜਨਾ ਦਾ ਐਲਾਨ ਕੀਤਾ ਹੈ ਦੇਸ਼ ਦੀਆਂ ਚੋਟੀ ਦੀਆਂ ਪ੍ਰਾਣ ਸੰਸਥਾਵਾਂ ਨੇ ਪਲਾੜ ਵਿਗਿਆਨ ਲਈ ਲੰਮੇ ਸਮੇਂ ਦੇ ਵਿਕਾਸ ਪ੍ਰੋਗਰਾਮ ਦਾ ਉਦਘਾਟਨ ਕੀਤਾ ਜੋ ਕਿ 2024 ਤੋਂ 2050 ਤੱਕ ਦੇਸ਼ ਦੇ ਪਲਾੜ ਵਿਗਿਆਨ ਮਿਸ਼ਨ ਤੇ ਪਲਾੜ ਖੋਜ ਯੋਜਨਾ ਦਾ ਮਾਰਗ ਦਰਸ਼ਣ ਕਰੇਗਾ ਏਸੀ ਹੁਣ ਤੱਕ ਦੀਆਂ ਅਪਡੇਟਸ ਮੈਨੂੰ ਆੱਸੇ ਦੁੰਦੇ ਜੱਜ ਸਤਿ ਸ਼੍ਰੀ ਅਕਾਲ